मकसद घेन के आयो शरीयत के मुताबिक इंसाई मुस्तजाब फरमावन इलाही आमीन आखी करो। दुआ मंजूर होवन का वक्त होंदे, कबूलियत का वक्त होंदे। साईं हाजिर नाजिर समझे करो, जिमें अल्लाह हाजिर नाजिर इन पांच बारह चौदह हाजिर नाजिर नीतां दे वाकिफ इन ए नीयत दे इन वाकिफ इन ए रंग नहीं दे दे नीयत दे दे मलंगी फिरा जिंदगी हो खैर होवे ए करम करन ते आवेन अल्लाह रंग दा काला बना दे हुसैन बादशाह काले रंग ते सोना रंग चढ़े दे करम करन ते आवेन गरीब माँ प्यो होवे अल्लाह पुत्र दें दे भावे को जग काला होवे गरीब माँ प्यो जान बुझ के ना पुत्र दा अमीर रख देन हुसैन अमीर बना छोड़े दे हुसैन से ए हुसैन बाबा जींदा रहे बाबा जींदा रहे बाबा सेहत हो गई जिंदगी वन तुसा जियो तुहाडे बचड़े जीवन दरवेश हूं दरवेश दरवेश हूँ चलता हूँ नवाबों से भी आगे हाय हाय एज पड़ा दरवेश 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 हो चलता हूँ हाय हाय कौन दरवेश केड़ा दरवेश कितों दा दरवेश तवज्जो है जी बगदाद दा शहरे बाजार दा चौके बालोल दा शौके ए हाथ सलामत होवे ने हाथ सलामत होवे ए हाथ किसे दे मोहताज ना हो छोटे छोटे बच्चों नु सामने बुला के दे मैं तुहाडा जनरल बाबा सफदर मैं तो जनरल तो समझे फौज मावार तनखा के देसे अदे मैं कोई आम जनरल रोजाना ताजा तनखा देसा ड्यूटी क्या लसे पहाड़ा ते नहीं चढ़ावना दरिया अबूर नहीं करावने वजन नहीं चमावने पत्थर नहीं ढोवावने गर्मी दे मौसम में धूप ते परेट नहीं करावनी मोटी वर्दी नहीं पवावनी अच्छा ड्यूटी क्या लसे आदे अगे अगे मैं होसा पीछे पीछे तुसा होसो जै जाते बुकरू दबुआ सी मैं अक्सा हक द इमाम इतनी नहीं नारा ठीक है अल्लाह का नाम वाह वाह और जितना बोलते पन सोना बोलते पन हाँ
ਜਿਹੜਾ ਅੱਗੇ ਨਾਰੇ ਮਰੇ ਦੇ ਪੈਣ ਨਾ ਤੂੰ ਕਹਿੰਦਾ ਵੀ ਉਹ ਧੀਮੇ ਜੇ ਪੇ ਮਰੇ ਦੇ ਜੋਸ਼ ਨਾਲ ਨਹੀਂ ਕਰਨਾ ਮੁਤਮੈਨ ਹੋਇਆ ਕਰ ਉਸ ਨਾਰੇ ਤੇ ਵੀ ਮੁਤਮੈਨ ਹੋਇਆ ਕਰ ਨਾਰਾ ਕੋਈ ਮੱਠਾ ਲਾਵੇ ਕੋਈ ਉੱਚਾ ਲਾਵੇ ਜਿਤਨਾ ਲਾਵੇ ਖਤਮ ਕੁਰਾਨ ਦਾ ਸਵਾਬ ਹੈ ਸੋਹਣਾ ਬੋਲਦੇ ਪੈਣ ਹੋਰ ਇਸ ਤੋਂ ਜ਼ਿਆਦਾ ਅੱਜ ਕੱਲ੍ਹ ਤਾਂ ਜ਼ਾਕਰਾਂ ਨੂੰ ਅੱਲਾਹ ਜ਼ਾਕਰਾਂ ਦੀ ਜ਼ਿੰਦਗੀ ਕਰੇ ਮੋਮਨਾ ਤੂੰ ਪਰੇਡ ਕਰਾਉਣੀ ਸ਼ੁਰੂ ਕਰਾ ਪਰੇਡ ਨਹੀਂ ਕਰਾਉਣੀ ਤੂੰ ਸੁਣੀ ਰੱਖੋ ਬਸ ਸੁਣਦੇ ਰਹੋ ਤੇ ਹੈ ਦਿਲ ਚ ਹੀ ਦੁਆ ਕਰੋ ਤਾਂ ਮੇਰੇ ਤੇ ਕਾਫੀ ਅੱਲਾਹ ਤੁਹਾਡੀਆਂ ਜ਼ਿੰਦਗੀਆਂ ਕਰੇ ਗਾਜ਼ੀ ਰੰਗ ਲਾਵੇ ਡਿਊਟੀਆਂ ਸ਼ੁਰੂ ਹੋ ਗਈਆਂ ਬਿਸਮਿਲਾ ਜੀ ਡਿਊਟੀਆਂ ਸ਼ੁਰੂ ਹੋ ਗਈਆਂ ਮੁਹਰਮ ਵਾਲਿਆਂ ਕੋਲ ਵਕਫਾ ਟਾਈਮ ਨਹੀਂ ਮਿਲਿਆ ਯਕਮ ਦਾ ਨਹੀਂ ਤਾਂ ਮੈਂ ਯਕਮ ਜਲਾਲਪੁਰ ਜ਼ਰੂਰ ਪੜ੍ਹਾਂ ਅੱਲਾਹੁਮਮ ਸੱਲਿ ਅਲਾ ਮੈਂ 6 ਜਗ੍ਹਾ ਤੇ ਮੁਹਰਮ ਆਈ ਤੇ ਮੈਂ ਮੁਹਰਮ ਵਾਲਿਆਂ ਤੋਂ ਬੜੀ ਮਾਜ਼ਰਤ ਕੀਤੀ ਵੀ ਮੈਂ ਮੇਰੀ ਵਤਨ ਦੀ ਮਜਲਸ ਹੈ ਮੈਂ ਯਕਮ ਜਲਾਲਪੁਰ ਪੜ੍ਹਨਾ ਚਾਹੁੰਦਾ ਜਲਾਲਪੁਰ ਪੜ੍ਹਨਾ ਚਾਹੁੰਦਾ ਤੇ ਤੁਸੀਂ ਛੁੱਟੀ ਦਿਓ ਉਹਨਾਂ ਮੈਨੂੰ ਟਾਈਮ ਨਹੀਂ ਦਿੱਤਾ ਛੁੱਟੀ ਨਹੀਂ ਦਿੱਤੀ ਮਾਜ਼ਰਤ ਹੁੰਦੀ ਅਗਲੇ ਸਾਲ ਜੇ ਮੈਂ ਇਲਾਕੇ 'ਚ ਪੜ੍ਹਿਆ ਤਾਂ ਬਾਤ ਜੇ ਮੈਂ ਮੁਹਰਮ ਵਾਸਤੇ ਮੀਆਂ ਰਿਆਜ਼ ਪੀਰ ਜ਼ਾਦਾ ਜਿਹੜਾ ਮਨਿਸਟਰ ਹੈ ਉਹ ਪਿਆ ਥਾ ਮੁਹਰਮ ਵਾਸਤੇ ਉਹ ਸ਼ੇਖ ਵੈਣ ਅਤੇ ਜੇ ਮੈਂ ਉਦੇ ਹੋਇਆ ਤਾਂ ਵੱਧ ਮਾਫੀ ਹੁਣ 14 ਲਾਦ 14 ਮੁਹਰਮ ਲਾਦ ਮੇਰੇ ਸਿਰ ਮੀਆਂ ਸਾਹਿਬ ਸਲਵਾਦ ਪੜ੍ਹੋ ਬਾਵਾਜ਼ੇ ਬੁਲਾ ਬਿਸਮਿਲ੍ਲਾਹ ਤੁਹਾਡੀਆਂ ਜ਼ਿੰਦਗੀਆਂ ਹੋਏ ਨਾ ਗਾਜ਼ੀ ਰੰਗਲਾ ਵੇ ਬਾ ਜੀ ਇਜਾਜ਼ਤ ਹੈ ਨਾ ਸਲਵਾਦ ਪੜ੍ਹੋ ਬਾਵਾਜ਼ੇ ਬੁਲਾ ਅੱਗੇ ਅੱਗੇ ਮੈਂ ਉਸਾਂ ਪਿੱਛੇ ਪਿੱਛੇ ਤੁਸਾਂ ਸੋ ਜੈ ਜਾ ਤੇ ਮੁਕਰੂ ਦਾ ਬੂਆ ਸੀ ਮੈਂ ਅਕਸਾਂ ਹੱਕ ਦਾ ਇਮਾਮ ਯਾਰ ਹੱਕ ਦਾ ਇਮਾਮ ਹੱਕ ਦਾ ਇਮਾਮ ਸਾਰੇ ਬੋਲੋ ਹੱਕ ਦਾ ਇਮਾਮ ਖਤਮੇ ਕੁਰਾਨ ਦਾ ਸਵਾਬ ਹੈ ਹੱਕ ਦਾ ਇਮਾਮ ਹਾਰੂਨ ਰਸ਼ੀਦ ਫਾਖਰਾ ਲਿਬਾਸ ਪਾਇਆ ਸ਼ਹਾਨਾ ਤਾਜ ਸਰ ਤੇ ਰੱਖਿਆ ਵਜ਼ੀਰਾਂ ਮੁਸ਼ੀਰਾਂ ਨੂੰ ਨਾਲ ਲਾਇਆ ਟੁਰਦ ਹੋਇਆ ਬਾਲੋਲ ਨੂੰ ਤਲਾਸ਼ ਕਰੇ ਦੋਇਆ ਬਾਦਲ ਨਾ ਖਾਸਤਾ ਇੱਕ ਮੋੜ ਤੇ ਬਾਲੋਲ ਮਿਲ ਗਿਆ ਭਾਈ ਬਾਲੋਲ ਅੱਜ ਮੈਂ ਸੋਹਣੀ ਪੋਸ਼ਾਕ ਪਾਈ ਉਸ ਅੱਖਾਂ ਚੰਗਾ ਕੀਤਾ ਜੀ ਇਹੋ ਪੋਸ਼ਾਕ ਪਾ ਕੇ ਮੈਂ ਬਰਦਾ ਫਰੋਸ਼ਾਂ ਲਈ ਬਰਾਰੀ ਟੁਰ ਵਈਆਂ ਜਿੱਥੇ ਬੰਦੇ ਵਿਕਦੇ ਨੇ ਮੈਨੂੰ ਦੱਸ ਮੇਰੀ ਕੀਮਤ ਕਿਆ ਲੱਗੀ ਬਾਲੋਲ ਮੁਸਕਰਾ ਕਦੇ ਮੇਰੇ ਨਜ਼ਰਾਂ 'ਚ ਤੇਰੀ ਕੀਮਤ ਏ 40 ਦਿਰਹਮ ਅਦੇ ਵਾਕਈ ਪਾਗਲੇ ਦੀਵਾਨਾ ਏ ਝੱਲਾ ਏ 40 ਦਿਰਹਮ ਦਿੱਤਾ ਮੈਂ ਕੱਪੜੇ ਪਾਈ ਵਦਾ ਬਾਲੋਲ ਮੁਸਕਰਾ ਕਦੇ ਝੱਲੀ ਮਾਂ ਦਾ ਬਚੜਾ ਮੈਂ ਵੀ ਕੀਮਤ ਕੱਪੜਿਆਂ ਦੀ ਲਾਈਏ ਤੂੰ ਤੇ 2 ਟਕਿਆਂ ਦਾ ਹੀ ਨਹੀਂ ਆਹਾ ਹੱਥ ਖੜੇ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਤੁਹਾਡੇ ਸੁਣਨ ਦੀ ਜੀ ਤੂੰ ਤੇ 2 ਟੱਕਿਆਂ ਦਾ ਹੀ ਨਹੀਂ ਤੂੰ ਤੇ 2 ਟੱਕਿਆਂ ਦਾ ਹੀ ਨਹੀਂ ਟੱਕਾ ਹੀ ਬੜੀ ਕੀਮਤ ਹੁੰਦੀ ਹੈ ਤੂੰ ਤਾਂ ਕੱਖ ਦਾ ਨਹੀਂ ਤਵੱਜੋ ਫਰਮਾਓ ਬਾਈ ਟਹਿਲ ਟਹਿਲ ਕੇ ਟੁਰਨਾ ਸ਼ੁਰੂ ਕੀਤਾ ਇੱਕ ਬੰਦਾ ਸਾਹਮਣੇ ਆਇਆ ਸਾਹਮਣੇ ਆ ਕਦੇ ਏਡੇ ਵੱਡੇ ਬਾਦਸ਼ਾਹ ਦੇ ਸਾਹਮਣੇ ਇੰਜ ਵੱਧਾ ਟੁਰਦਾ ਮਲੰਗ ਜਿਹੜੀ ਗੱਲ ਕੀਤੀ ਹੈ ਚਲਤਾ ਹੂੰ ਨਵਾਬੋਂ ਸੇ ਵੀ ਆਗੇ ਹੈ ਤਰਜ਼ ਭਈਆ ਮੇਰਾ ਉਕਾਬੋਂ ਸੇ ਵੀ ਆਗੇ ਅਦਿਆ ਮੁੱਲਾ ਮੁੱਲਾ ਆ ਮੁੱਲਾ ਤੁਝੇ ਮੰਗਾਏ
अल्लाह तुहानू आबाद अमड़ी हुसैन दी तुहानू आबाद रखे। मेरे वतन दा मजमे वतन आलियों इतना सोहना सुन दे मशकूर ते ममनूना चुके मैं वतन दे कल्चर नू जानदा वतन दी जाकरी नू जानदा वतन दे मिजाज नू जानदा। सुनिए शिया बिरावां दा मजमे बजुर्गां दा मजमे मैं किसे दी दिल आजारी कदी नहीं कीती। जितने आए बैठे हो तवज्जो फरमावो ते लुत्फ लावो। मैं किबला उकाबा मुर्रे ख्याल मोहम्मद उस्ताद ज़ाकरीन किबला बाबा नासिर हुसैन शाह मंगवाल वाले नंदा शागिर्द ते शराजियां दे पिंड तकरीबन मैं सारे शराजियां दे शागिर्द बनदा ते तुहाडी मेहरबानी है तुसीं मैनूं इतना सोहणा पजीराई देंदे हो। मैं भी कोशिश करदा कि मैं पहुँच वञा तो मैं किबला दा जो शागिर्द हाँ ते अजकल तो जाकर उठे खड़े होंदे ते कसीदा एक पढ़िया वा दूआ पढ़िया वा त्रीआ पढ़िया ते बस या अली या अली पहले दीबाचा सुणावां ते बाद च कसीदा पढ़ा। जड़ा दीबाचा सुन लै सी ते कसीदा सुन सी दीबाचा सुन के मेरे उस्ताद नूं ही दुआ करे सी है। इस वास्ते मैं अपने उस्ताद नूं दुआ हासिल करन दी खातिर उस्ताद दी खातिर मैं एक दीबाचा सुनवा के कसीदा सुनवा लै। कोई ना आप सौदान मलका जंजोबार हबश दी शहजादी नाम मैमूना अमीर इतनी उठा ते घोड़ा दे किले सोने ते चांदी दे तख्त बैठी है चेहरे ते परेशानी दा आलम में वजीर मुशीर सामने आयो ना कशहजादी इतनी अमीर हो के परेशान है वजह ता दस अज ये सुचींदी वदिया कदा हो डी चढ़सी इस तख्त ताज नू पैर दी ठोकर मरे सन तख्त ताज नू पैर दी ठोकर मार के किन वजना चाहनी है एडे वक्त छोड़ के किन वजना चाहनी है। चलो तुस इम्तिहान जो ना ले आए उन्हां दा मैं इम्तिहान लई एखा मजमून ही तो गल नहीं लेकिन मैं गल नाल जोड़ी है पता नहीं तुसा किवें सुनना है। उन्हां का तख्त ताज वास्ते उन्हां वजीरां मुशीरां का तख्त ताज वास्ते बंदे सिकदे ने इंज सिकदे ने बंदियां दी 72-72 साल एज हो वेंदी है कोई तख्त ताज खासी लवे तो वत रोडां ते आ वेंदे ने कंटेनर ते चढ़ के आदे ने मुझे क्यों निकाला। तख्त प्यारा हुंदा है इतना प्यारा हो सुनदे बैठे हो कुछ बंदे तो इम्तिहान च पास हो गए भाई तुस पहुँच वेंदे हो गल ते ये तख्त ताज छोड़ के किन वजना चाहनी है। मुस्करा कर दिए मैं किसी उस दरवाजे ते वजना चाहनी हाँ जिथू वक्त लगदे ने हैदरी अली रानी। अच्छा ओ केड़ा दरवाजा है जेड़े दरवाजे ते वक्त लगदे ने इत्थे तख्त कौन बासी मैडी नालैन शाही करे सी जुलो मेडे नाल मेडा चचा जात भाईए ना जांदे फतेह मदीने वालें दी मशहूरी सुन के नौकरी कबूल कर ली सी जुलो को गहना भी तख्त बलहसू तो सोना लग सी वजीर मशीर जिंदगी जियो हयातियाँ हो। अजीम मौला दा मदा खान अजीम बाप दा अजीम बेटा तशरीफ फरमा तवज्जो है गल मेरी याद है मेरा चचा जात भाई है ना जाने फतेह मदीना लें मशहूरी सुन के नौकरी कबूल कर ले जुलो उकु घेना भी तख्ते बलहसु तो सोना लग सी वजीर मशीर ना ला के टूदी मदीने मुहम्मद आई गली द मोड़ वाला आया एक ऐर नजर हकल मारी आ बंदा है खुदा मैं मैमूना बादशाह दादी हाँ ए मेरे वजीर मुशीर मेरे नाल इतना मेरा चचा जात भाई रहा है ना जद फतेह मदीने वाले की मशहूरी सुन के नौकरी कबूल कर ले कोई निशान दे करवा सकता है। बुढ़ा फारसी मुस्करा कद घबरा नहीं तेरे पंध मुक गए। अच्छा कितना दिखे ओ सामने देख अली बादशाह दे घोड़े दे सोम बैठा साफ करें
ਤੁਸੀਂ ਸਾਹਮਣੇ ਆ ਕੇ ਸਾਹਮਣੇ ਕਿਤੇ ਫਤਿਹ ਕਿਹੜੇ ਕੰਮ ਨਾ ਪਲੈ ਨੀ ਫਤਿਹ ਮੈਂ ਤੇਰੀ ਭੈਣ ਆ ਮੈਂ ਮੈਮੂਨਾ ਬਾਦਸ਼ਾਹ ਦਾਦੀਆਂ ਮੈਂ ਇਤਨੀ ਅਮੀਰ ਹਾਂ ਮੇਰੇ ਉੱਠਾਂ ਤੇ ਘੋੜਿਆਂ ਦੇ ਕਿੱਲੇ ਹੀ ਸੋਨੇ ਤੇ ਚਾਂਦੀ ਦੇ ਜੋਲ ਮੈਂ ਤਾਂ ਗਿੱਡਣ ਆਈ ਹਾਂ ਆ ਮੈਂ ਤਾਂ ਕੁਤਖ ਤੇ ਬਲਹਿ ਸਾਂ ਤੇਰੇ ਸਰ ਤੇ ਤਾਜ ਠਹਿ ਸਾਂ ਜੋਲ ਮੇਰੇ ਨਾਲ ਸਦਕੇ ਤੇਰੀ ਅਕੀਦਤ ਤੂੰ ਘੋੜੇ ਦੇ ਸੁੰਬਾ ਤੂੰ ਦੀਦ ਨਿਸ ਹਟਾਈ ਹਕਲ ਮਾਰ ਕਰ ਦੇ ਖਬਰਦਾਰ ਸ਼ਹਜ਼ਾਦੀ ਹੋ ਸੇ ਤਾਂ ਬਚਦੀ ਵਾਤ ਵਾਤ ਮੈਨੂੰ ਫਤਿਹ ਨਾ ਆਖ ਮੈਡਾ ਸਾਈਆਂ ਨਾ ਕੰਬਰ ਰੱਖੇ ਕੌਣ ਬੋਲੇ ਸੀ ਕੌਣ ਬੋਲੇ ਸੀ ਕਿਤਨਾ ਬੰਦੇ ਇਬਾਦਤ ਕਰੇ ਸੀ ਆਪਣੀ ਆਪਣੀ ਇਬਾਦਤ ਕੌਣ ਕੌਣ ਕਰੇ ਸੀ ਮੇਰਾ ਦੱਸਾਂ ਨਾ ਕੰਬਰ ਰੱਖੇ ਅੱਛਾ ਕਮਰ ਜੋਲ ਨਾ ਤਖਤ ਬਖ ਸੰਭਾਲ ਘੋੜੇ ਦੀ ਸੋਮ ਸਾਫੀ ਚ ਮਸਰੂਫ ਹੈ ਵੇਦੇ ਪਏ ਕੋਈ ਗੱਲਾਂ ਵੇਖਣ ਵਾਲੀ ਹੁੰਦੀਆਂ ਬਾਬਾ ਅਲੀ ਸ਼ਾਹ ਜੀ ਕੋਈ ਗੱਲਾਂ ਵੇਖਣ ਵਾਲੀ ਐਂ ਸੋਮ ਸਾਫੀ ਚ ਮਸਰੂਫ ਹੈ ਇਸ ਵਕਤ ਤੱਕ ਹੈ ਜੋਲ ਤਖਤ ਬਖ ਸੰਭਾਲ ਮੁਸਕਰਾ ਕਦੇ ਤੈਨੂੰ ਨਹੀਂ ਪਤਾ ਮੈਨੂੰ ਬਖਤ ਹੋਣ ਵਧੇ ਲੱਗਦੇ ਨੇ ਕਿਹੜੇ ਬਖਤ ਵਧੇ ਲੱਗਦੇ ਨੀ ਘੋੜਿਆਂ ਦੇ ਸੁੰਬ ਦਾ ਸਾਫ਼ ਕਰੇ ਨੇ ਅਦੇ ਦੱਸਣ ਨਾਲ ਪਤਾ ਨਹੀਂ ਲੱਗਦਾ ਇਸ ਦਰਵਾਜ਼ੇ ਤੇ ਰਹਿਣ ਨਾਲ ਲੱਗਦੇ ਦਰਵਾਜ਼ੇ ਤੇ ਰਹੋ ਨਾ ਤੈਨੂੰ ਪਤਾ ਲੱਗੇ ਕਿਹੜੇ ਬਖਤ ਲੱਗਦੇ ਨੇ ਵਜ਼ੀਰਾਂ ਮੁਸ਼ੀਰਾਂ ਦੇ ਮੁਖਾਤਿਬ ਕਦੇ ਅੱਛਾ ਵੱਲ ਵਜੋ ਵਲਦੇ ਦੇ ਨਵਾਏ ਮੈਂ ਕੋਈ ਗਹਿਣ ਵਜਾਏ ਮੈਂ ਦੇਖਾਂ ਕਿਹੜੇ ਬਖਤਾਂ ਦਾ ਮਾਣ ਵਜ਼ੀਰ ਮੁਸ਼ੀਰ ਵੱਲ ਗਏ ਦਰਵਾਜ਼ੇ ਤੇ ਰਹਿਣਾ ਸ਼ੁਰੂ ਕਰ ਦਿੱਤਾ ਦੇਖਣ ਆਈ ਬਖਤ ਚਾਰ ਦਿਨ ਗੁਜ਼ਰ ਗਏ ਭੁੱਖਿਆਂ ਪਿਆਸਿਆਂ ਦੂਆਂ ਜਹਾਨਾਂ ਦੀ ਸੈਣ ਦੇ ਸਾਹਮਣੇ ਪੇਸ਼ ਹੋ ਕਦੇ ਸੈਣ ਮੈਂ ਤਾਂ ਬਖਤ ਦੇਖਣ ਆਈ ਹਾਂ ਚੌਥਾ ਦਿਨ ਨੇ ਫਾਕਾ ਚ ਇਜਾਜ਼ਤ ਦਿਓ ਤਾਂ ਮੈਂ ਚਾਂਦੀ ਵੀ ਬਣਾ ਲੈਣੀ ਚਾਂਦੀ ਨਾ ਬਣਾਵਾਂ ਸੈਣ ਮੈਂ ਬਣਾ ਸਕਦੀ ਤਾਂ ਬਣਾ ਚਾਂਦੀ ਬਣਾਉਣੀ ਸ਼ੁਰੂ ਕੀਤੀ ਆਲਾ ਕਿਸਮ ਦੀ ਚਾਂਦੀ ਤਿਆਰ ਹੋ ਗਈ ਚਿਹਰੇ 'ਤੇ ਮੁਸਕਰਾਹਟ ਦੀ ਲਹਿਰ ਦੌੜੀ ਅਸੀਂ ਸੈਣ ਦੇ ਪੇਸ਼ ਕਰਕੇ ਅਜੇ ਸੈਣ ਦੇਖ ਮੈਂ ਕਿਹੜੀ ਸੋਹਣੀ ਚਾਂਦੀ ਬਣਾਈਏ ਨਾ ਬੋਲੇ ਸੋ ਸ਼ਾਹਪੁਰ ਵਾਲੇ ਡੁੱਕ ਲੱਗ ਸੀ ਕਿਹੜੀ ਸੋਹਣੀ ਚਾਂਦੀ ਬਣਾਈਏ ਸੈਣ ਮੁਸਕਰਾ ਕੇ ਫਰਮਾਉਂਦੀ ਚਾਂਦੀ ਤਾਂ ਸੋਹਣੀ ਬਣਾਈਏ ਲੇਕਿਨ ਕੁਲੀਏ ਤਾਂ ਬਹੁ ਇਸਤੇਮਾਲ ਕੀਤੇ ਨਹੀਂ ਮੈਂ ਬਤੂਲ ਉਜ਼ਰਾ ਦਾ ਦਿਲ ਜੁੜ ਗਿਆ ਹਿੱਕਾ ਕੁਲੀਆ ਡਰਸੈਨੀਆ ਇਸਤੇਮਾਲ ਕਰ ਇਹ ਚਾਂਦੀ ਸੋਨਾ ਬਣਵੇ ਸੀ ਚਾਂਦੀ ਸੋਨਾ ਬਣ ਗਈ ਚਿਹਰੇ ਤੇ ਮੁਸਕਰਾਹਟ ਦੀ ਲਹਿਰ ਦੌੜ ਗਈ ਕਦਮਾਂ ਤੇ ਝੁੱਕ ਗਈ ਸੈਣ ਤੂੰ ਤੇ ਸੋਨਾ ਬਣਾ ਲੈਣੀ ਬੀਬੇ ਦੇ ਸਿਰਫ ਬਣਾ ਭਾਈ ਮੁਸਤਫਾ ਬਣਾ ਨਾ ਸਿਰਫ ਲੈਂਦੀ ਸੋਨੇ ਚਾਂਦੀ ਦੀ ਅੱਖਾਂ ਨਾ ਮੇਰੇ ਹੱਕ ਮਾਰ ਚ ਸਿਰਫ ਸੋਨੇ ਚਾਂਦੀ ਦੀਆਂ ਖਾਨਾਂ ਮੇਰੇ ਹੱਕ ਮਾਰ ਚ ਨਹੀਂ ਇਹ ਕਾਇਨਾਤ ਅੱਲਾ ਨੇ ਸਾਡੀ ਖਾਤਰ ਬਣਾਈ ਇਹ ਕਾਇਨਾਤ ਤੁਹਾਡੀ ਖਾਤਰ ਬੀਬੇ ਦੀ ਇਸ ਕਾਇਨਾਤ ਦੀ ਗੱਲ ਨਹੀਂ ਦੋਵੇਂ ਜਹਾਨ ਸਾਡੇ ਹਾਏ ਅੱਛਾ ਦੋਵੇਂ ਜਹਾਨ ਤੁਹਾਡੇ ਤਹੱਬਜ ਦੀ ਸ਼ਹਜ਼ਾਦੀਆਂ ਦਰਵਾਜ਼ੇ ਤੇ ਕਨੀਜ਼ ਟਿਕ ਪਵਾਂ ਕਨੀਜ਼ ਵਿੱਚ ਕਬੂਲ ਕਰ ਲੈ ਸੋ ਭਾਈ ਕਰਮਦਾਸ ਸਰ ਚਾਵੇਂ ਭਾਈ ਕਰਮਦਾਸ ਕਨੀਜ਼ ਵਿੱਚ ਕਬੂਲ ਕਰ ਲੈ ਸੋ ਬੀਬੀ ਅਜੇ ਤੂੰ ਕਨੀਜ਼ ਟਿਕ ਪਵੇਂ ਨਾ ਅਸਾਂ ਉਹ ਖਾਨਦਾਨ ਆ ਅਸਾਂ ਨੌਕਰ ਕੂ ਨੌਕਰ ਕਰਕੇ ਕੱਢੀ ਨਹੀਂ ਸਕਿਆ ਤੂੰ ਕਨੀਰ ਟਿਕਵੇ ਮੈਂ ਬਤੂਲ ਉਦਰਾ ਵਾਧਾ ਪਈ ਕਰੀ ਨਹੀਂ ਮੇਰਾ ਬਾਬ ਰਸੂਲ ਤੈਨੂੰ ਧੀ ਛੱਡੇ ਸੀ ਮੈਂ ਭੈਣ ਛੱਡੇ ਸਾਂ ਮਾਰਾ ਜਲ ਪਰ ਦੇ ਮੋਤੀ ਤੈਨੂੰ ਮਾਂ ਤੂੰ ਵੱਖਰਾ ਨਾ ਬੁਲਾ ਸੀ ਦਰਵਾਜ਼ੇ ਤੇ ਰਹਿਣਾ ਸ਼ੁਰੂ ਕਰ ਦਿੱਤਾ ਦਰਵਾਜ਼ੇ ਤੇ ਰਹਿਣਾ ਸ਼ੁਰੂ ਕਰ ਦਿੱਤਾ ਜ਼ਾਕਿਰ ਪੜ੍ਹਦੇ ਨੇ ਜ਼ਾਕਿਰ ਬਈ ਬਹਾਰੀਆਂ ਦਿੰਦੀ ਆਈ ਤੁਸੀਂ ਸੁਣਿਆ ਰੱਖਦੇ ਹੋ ਭਾਈ ਗੁਲਾਮ ਬਾਸ ਜੀ ਜ਼ਾਕਿਰ ਪੜ੍ਹਦੇ ਨੇ ਬਹਾਰੀਆਂ ਦਿੰਦੀ ਆਈ ਧੂੜ ਉੱਡਦੀ ਆਈ ਸਾਰੇ ਚ ਪਾਉਂਦੀ ਆਈ ਥੋੜ੍ਹੀ ਜਿਹੀ ਮੈਡੀ ਅਕੀਦਤ ਥੋੜ੍ਹੀ ਜਿਹੀ ਜੁਦਾ ਆਏ ਮੈਂ ਜਿਵੇਂ ਆਦਾ ਇੰਝ ਸੁਣਾਵਾਂ ਕੌਣ ਕਦਰ ਕਰੇ ਸੀ ਮੈਂ ਇੰਝ ਆਦਰਾ ਨਾ ਮੈਂ ਬਹਾਰੀਆਂ ਤਾਂ ਉੱਥਾਂ ਦਿਵੀਂਦੀਆਂ ਜਿੱਥੇ ਹੋਵੇ ਕੂੜਾ ਕਿਰਕਟ ਜਿਹੜੇ ਵਿਹੜੇ ਚ ਲਾਂਦੀਆਂ ਹੀ ਆਇਤਾਂ ਹੋਵੇ ਉੱਥੇ ਕਿਆ ਬਾਤ ਹੈ ਤੁਹਾਡੇ ਸੁਣਨ ਜੀ ਉੱਥੇ ਕਿਹਨੂੰ ਮਿੱਟੀ ਆਈ ਉੱਥੇ ਮੱਟੀਆਂ ਨਹੀਂ ਹੁੰਦੀਆਂ ਉੱਥੇ ਮੱਟੀ ਨਹੀਂ ਹੁੰਦੀ ਇੰਝ ਨਾ ਨਾਲੈਨ ਜੁੜੀ ਬੈਠੀ ਆਈ ਵਜ਼ੀਰ ਮੁਸ਼ੀਰ ਆਏ ਸੀ ਉਹਨਾਂ ਕਹਿੰਦੇ ਸ਼ਹਜ਼ਾਦੀ ਕਿਹੜੇ ਕੰਮ ਨਾ ਪਲੈ ਨੀ ਮੈਮੂਨਾ
जोल साडे नाल तकु घिनण आ गए अजी उच्चा मैमूना ना आखो मेरा साइया ना फिजा रख छोड़े अच्छा ते तक संभाल ते बख्त संभाल अजी ये बख्त हुण वधे लगदे बख्त हुण वधे लगदे केड़े बख्त लगदे वधे नी जेड़े बख्त दसे ओ ही सुनवाईए ते हाय दुआ दे सासा है कोई सालों पांच का सीधे मलग पांच च सुना सा राजी हैं कने दी विच बड़ा रुतबा अल्लाह धना इयो इयो तो पढ़ता खलोता जिंदगी ने जींदे रहो गाली रहो शुक्र है आज छोटी काई नो लई वदा छोटी लई वदो मैं आ तवत हां जी बिस्मिल्लाह कनीजी विच बड़ा रतबा मैं पाए कने रे विच बड़ा रतबा मैं पाए अल्लाह दे भात नाम तुम्हारा फातिमा मैं कुमा बुलाए अच्छा जिन्ना मां करके छड़ियाई उंदा नाम इरास उन्हां दा तारुफ करा जिन्ना तैन मां छड़ ले ओ कौन हस्तियां तो जनाब फिजा जड़ी गल कीती है हां भाई जेड़े कोदे ने गादना आत्मा मैं कुमा बुलाए शाहपुरा लिया जेड़ा शेर होन पढ़न लगा ए शेर मैंने इन प्यारे जिमें ततहीर वाला वेड़ा प्यारे बोल सके तो बोले ना बोल सके तो मल दसे ना जनाब मी समेत तमार तू जबान उधारी मंग लवे बोलना तो नसीब दे अकीदे बोले दे बंदे नहीं बुलेंदे अकीदे बुलेंदे जंदा जंदा अकीदा मिल वैसी ओ बोल पौसी मैं मखदूमा सैन दी शान पढ़ा ते तेरी अकीदा ती ना मिले भावें सुनिए ते भावें शीए पूरी तवज्जो शेर पे पढ़दा हां भाई मैं को वाह वाह
करबला 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 हर जाकिर सो जाले जाकिर कसीदे खान जाकिर करबला करबला पढ़े उन्हें क्या करबला करबला वसदे पे दो भिरा जेड़े ओ दो भिरा नहीं कोई उन्ना जिहा ओ ठीक पढ़ा ने सोना पढ़ा ने जेड़ा मैं पढ़े जेड़ा मैं उन्ना जाकर तो जुदा होके पढ़े ओ मैं सुनावा करबला 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 चौदह ना खुदा और पिंडाली फुले पिछे ही लैन लग गई है मोमनी इंदी ते मैं शेर पढ़ा तवज्जो फरमाओ सानी शेर करबला 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 अच्छा अच्छा करबला करबला बैतुल्ला दे हाजिया तू जाहिर गई वधा तवज्जो है जी पता नहीं कहीं सुनना है कहीं बोलना है कहीं नहीं बोलना बैतुल्ला दे हाजी लखां करबला दे जाहिर करोड़ां हाजी विच बैठे मैं भी हाजी हाँ हाजी हज ते वंजन पानी मुल के पीने खाना पलियों खाने अल्लाह दी कसम जा के प्यादा हुसैन एडा वड्डा सखी ते करीम नजफ तो लैके करबला ताईं 84 किलोमीटर दे फासले दे अंदर दस्तरखान लग जाए बोलो हाय 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 जंद नान के दाद के अमीर हो ओ हो सर करबला करबला है क्या बात है भाई किबरिया दा करे Yeah.
बाबा ते सोना सोना ने मशकूर ते ममनून इतना सोना सोना ने तगला शेर इस तू प्यारा सुनावा एक होर तोहफा करबला दी धरती ते सानू मिले ओ तोहफा मेरा दिल प्या कर दे सिर्फ सुनावा नहीं बल्कि दिखावा ही सही ओ दिखा के भी लुत्फ लवा हां भाई सानू बाखे सजदा को आसरा मिल गए सजदा मिल गई मुल जना कसीदा होर पढ़ाए ठीक है आओ बिस्मिल्लाह फौ की सुनना ही सुनना ही आओ बहुत आओ पढ़ दें जी मुर्दा बदस्ते जिंदा हाजिर होंगे असलम सोधी सोधे छिया जागर दे पढ़ा के सह ने कड़िया मैं मशवरा देना दुनिया को कोई ये जो पीस सेलेक्ट करे जेड़ा गल्ला राज न्याज दिया खुद खालिक ना डायरेक्ट करे और मालिक रब दी मर्जी दा रब काई पर ना रिजेक्ट करे जब मुशौत ए जन्नत को सरदी मेरे पीर हुसैन दे नाल डायरेक्ट करे नारे हैदरी मेहमत अंदर देने को चारा दिलाया है मेहमत
میم جوے جائے عرش بری تے این رہے کیویں فارش زمین تے میرا زور لگے تو تھوڑا لگنا تو چاہیے میم جو ہے میم میم جاوے جائیں عرش بری تے زاکران نے سو دیا ہی بندا دیتی کہ تو سمجھے ہو میم جاوے جائے میم جاوے جائے عرش بری تے این رہے کیویں فارش زمین تے میم جاوے نہیں تو ستر برداشت کر ونجے تیرا کوئی پتھر دا جگر ہے تو اگلی ستر کیویں برداشت کرنی رون علی اگل بیٹھا گن دے زخمی انگلیاں تے پاد پھیڑ دے شام دے ہائے میں صدقے ہائے میں صدقے جی نو قرار اکسا دی آخری
बैठा है विच सहारा दे रोवण वाली अगल बैठा गिणदा जख्मी उंगलियां ते बंद भेण दे शाम दे बैठा गिण गए जख्मी उंगलियां ते बंद भेण दे शाम दे बर्दाश्त करो से अगली सतर पढ़ा हाथ रख के नाग दी अन्न बलि दे रुख मोड़स ग्राम हवा दे बैठा मदम आवाज भेण कुआ के रखे ख्याल अकबर दी आए मैं सदके जी बिस्मिल्ला उठ के मातम करन वाला अधियां दे पर्दे बैठा मदाम आवाज भेण को आंखे रखे ख्याल अकबर दी माँ सारा बंद पड़ा सहरा दे ओ बैठा गिणदा जख्मी उंगलियां ते बंद भेण दे शाम तेरा रोवण ते दिल है ना मैं चाहना तेरा दिल है तो दो तेरे आंसू होर आ जावे तिरवंजा मिनट की जदोजोद बाद अकबर दा बाबा मजलूम करबला मसैब तो मैं पढ़ चुड़ बैठा गिणदा जख्मी उंगलियां ते बंद भेण दे शाम दे राह दे अदरक गनात दी नबदी उदे रुख मारज ग्राम हवा दे ओ बैठ मदम आवाज च बैण कुआ कर के ख्याल असगर दी लथा बैठा है बदन तीरा नाल पुरे हर कोई जो मारा ना लाई नौ लख मारा ना लाई कोई हाथ ऐसा लाई जिस गरीब नु नहीं मारिया हाय मैं सदके कातिल आंदे रहे ते वलदे रहे जनाब फिजा सजा पैगाम दे आई भेण तई पहुंचाई आई बाबे नासिर हुसैन शाह बादशाह और फरमाया भाई न इस फिजा दे सईदा ते वड़े एहसान ए फिजा ओ फिजा भेण ते भरा दे पैगाम पहुंचाएं इस करबला च 16 तीर भी झले बाबे नासिर हुसैन बादशाह और फरमाते हैं ए फिजा आम फिजा नहीं ए शरीका ए करबला भी है हाय मैं सदके ये शरीका ए करबला भी है 16 तीर भी झले अख जाने सहन जाने तै रज रवने बदन अगे तीरा नाल पुर जेड़ा कातिल आवया जनाब फिजा आलिया हुसैन दे कोल आख्या दुआ मंग आख अलमान तेरा भरा बच बचे जदा नाम कातिल वल्ले अल्लाह वास्ते देखे मदर एक कातिल आए बीबिया दी दुआ मंग हुण नौ बचदा
ਕਿਵੇਂ ਜਾਣਦੀ ਹੈ ਨਹੀਂ ਬਚਦਾ ਬੀਬੀਆਂ ਦੀ ਜਿਹੜਾ ਅੱਗੇ ਆਉਂਦੇ ਰਹਿਣ ਉਹ ਮੁਸਲਮਾਨ ਜਿਹੜਾ ਹੁਣ ਪਿਆਂਦਾ ਨਸਰਾਨੀ ਹਾਏ ਮੈਂ ਸਦਕੇ ਬੀਬੀਆਂ ਦੀ ਨਸਰਾਨੀ ਹੈ ਤਾਂ ਮੇਰੇ ਵੀਰਾਂ ਨੂੰ ਕੁਝ ਨਾ ਆਖੀ ਕਿਵੇਂ ਜਾਣਦੀ ਹੈ ਕੁਝ ਨਾ ਆਖੀ ਬੀਬੀਆਂ ਦੀ ਉਹ ਕੌਮ ਹੈ ਜੈ ਕੌਮ ਮੇਰੀ ਮਾਂ ਬਤੂਲ ਦਾ ਮੁਬਾਲੇ ਜਾਇਆ ਅਗਰ ਇਸ ਨੂੰ ਪਤਾ ਲੱਗ ਵਜੇ ਮੁਬਾਲੇ ਵਾਲੀ ਬਤੂਲ ਦਾ ਹੀ ਪੁੱਤਰ ਮੇਰੇ ਵੀਰਾਂ ਨੂੰ ਕੁਝ ਨਾ ਆਖੀ ਸਦਕੇ ਬਾਈ ਸਦਕੇ ਬਾਈ ਸਦਕੇ ਤਬੀਅਤ ਮੈਂ ਲੈਂਦਾ ਲਗਾਵੇ ਬੀਬੀਆਂ ਦੀ ਰਸਤੇ ਚ ਖੜ ਵੰਜ ਇਸ ਨੂੰ ਸਲਾਮ ਦੇਵੇ ਦੋਵੇਂ ਹੱਥ ਪਛਾਣੀ ਤੇ ਰੱਖੇ ਇਹ ਸਵਾਲੀਆ ਨਿਸ਼ਾਨ ਹੈ ਰੱਬ ਦਾ ਉਹ ਪੁੱਛਦੀ ਤੈਂ ਦੋਵੇਂ ਹੱਥ ਪਛਾਣੀ ਤੇ ਰੱਖੇ ਸਵਾਲਣ ਤਾਂ ਨਹੀਂ ਤੂੰ ਦੱਸ ਚੋਲੇ ਮੈਂ ਸਵਾਲਣਾ ਉਹ ਕਰੇ ਸੀ ਅੱਖੇ ਸੀ ਕਰ ਸਵਾਲ ਬਾ ਤੂੰ ਆਖੇ ਮੈਂ ਪੁੱਛਣਾ ਆ ਕਿਨ ਵੇਲੇ ਉਹ ਦੱਸਿਆ ਸੀ ਗਰੀਬ ਨੂੰ ਮਾਰੇ ਬਾ ਤੂੰ ਦੇ ਕੋਲ ਪੁੱਛੇ ਕਿਉਂ ਮਰੇ ਨਾ ਉਹ ਦੱਸਿਆ ਸੀ ਇਨਾਮ ਦਾ ਲਾਲਚ ਇਨਾਮ ਦਾ ਲਾਲਚ ਆਵੇ ਦੱਸ ਚੋਲੇ ਗਰੀਬ ਦੀਆਂ ਭੈਣਾਂ ਖੈਮੇ ਚ ਬੈਠੀਆਂ ਯਾਦ ਕਰੀ ਦੀਆਂ ਤੈਨੂੰ ਇਨਾਮ ਦਾ ਲਾਲਚ ਤਾਂ ਇਨਾਮ ਮੈਂ ਇਤਨਾ ਦੱਸਾਂ ਇਹ ਸ਼ਾਹੀ ਪੰਜ ਦਫ਼ਾ ਬਰਬਾਦ ਹੋਵਣ ਪੰਜ ਦਫ਼ਾ ਬਾਤ ਕਰ ਸਕਦੇ ਇਸ ਨੂੰ ਆਪ ਮੇਰੇ ਭਰਾ ਨੂੰ ਨਾ ਮਾਰੇ ਬਾਬਾ ਜੀ ਇਹ ਪੈਗਾਮ ਲੈ ਕੇ ਜਨਾਬ ਫਿਜ਼ਾ ਸਾਹਮਣੇ ਆ ਜੀ ਦੋਵੇਂ ਹੱਥਾਂ ਨਾਲ ਸਲਾਮ ਅਲੈਕਾ ਸਲਾਮ ਕਿਵੇਂ ਆਉਣ ਹੋਇਆ ਸਵਾਲਣ ਤਾਂ ਨਹੀਂ ਬੀਬੀਆਂ ਦੀ ਸਵਾਲਣ ਕਰ ਸਵਾਲ ਮੈਂ ਪੁੱਛਦੀ ਹਾਂ ਕਿਨ ਵਹਿੰਦਾ ਗਰੀਬ ਨੂੰ ਮਾਰਨ ਕਿਉਂ ਮਰੇ ਨੇ ਇਨਾਮ ਦਾ ਲਾਲਚ ਬੀਬੀਆਂ ਦੇ ਇਨਾਮ ਦਾ ਲਾਲਚ ਤਾਂ ਉਹ ਖੈਮੇ ਵਹਿਦਾ ਪਿਆ ਇਹਨਾਂ ਖੈਮਿਆਂ ਦੇ ਅੰਦਰ ਗਰੀਬ ਦੀਆਂ ਭੈਣਾਂ ਯਾਦ ਕੀਤੇ ਹਾਏ ਮੈਂ ਸਦਕੇ ਹਾਏ ਮੈਂ ਸਦਕੇ ਮੈਂ ਕੁਰਬਾਨ ਹੋਇਆ ਗਰੀਬ ਦੀਆਂ ਭੈਣਾਂ ਯਾਦ ਕੀਤੇ ਭੈਣਾਂ ਦਾ ਨਾਮ ਆਉਣਾ ਨਸਰਾਨੀ ਦੇ ਹੱਥਾਂ ਚ ਤਲਵਾਰ ਢਹਿ ਗਈ ਅੱਲਾ ਦੇ ਮੁਖਾਤਿਬ ਹੋ ਗਏ ਮੇਰੇ ਅੱਲਾ ਕੋਈ ਐਡਾ ਗਰੀਬ ਹੈ ਇਹਦੇ ਨਾਲ ਤਾਂ ਭੈਣਾਂ ਵੀ ਆਈਆਂ ਬੀਬੀਆਂ ਦੀ ਸਿਰਫ ਭੈਣ ਬੈਠੇ ਤਾਂ ਧੀਆਂ ਭੈਣਾਂ ਵਾਲੇ ਸੱਚੇ ਬੱਚੇ ਨੌਕਰਾਂ 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 ਇਵੇਂ ਹੱਕ ਬਣਦਾ ਹੈ ਮੁਕਾਨ ਦਾ ਬਹੁ ਸੋਹਣੀ ਮੁਕਾਨ ਪੈ ਦਿੰਦੇ ਹਰ ਅੱਖ ਪੁਰ ਨਾਮੇ ਅੱਲਾ ਵਾਸਤੇ ਦੇਖੇ ਮੈਂ ਇੱਧਰ ਇਹ ਨਸਰਾਨੀਆਂ ਦੇ ਮੈਂ ਪਿੱਛੇ ਪਿੱਛੇ ਤੁਰ ਪਿਆ ਸੈਣ ਫਿਜ਼ਾ ਅੱਗੇ ਅੱਗੇ ਸਿਆਰੰਗ ਦੇ ਖੈਮਿਆਂ ਦੇ ਦਰ ਤੇ ਬੀਬੀ ਅੰਦਰ ਦਾਖਲ ਹੋਈ ਬੀਬੀਆਂ ਜੀ ਫਿਰਾ ਦਾ ਕਾਤਿਲ ਬਾਰੇ ਇਨਾਮ ਦਾ ਲਾਲਚ ਇੰਜ ਮੇਰੀ ਸੈਣ ਝੋਲੀ ਵਧਾਈਏ ਹਰ ਬੀਬੀ ਦੇ ਮੁਖਾਤਿਬ ਕਹ ਦੇ ਜੋ ਕੁਛ ਨੇ ਦੇਵੋ ਮੈਂ ਬਿਨਾ ਬਚਦੀਆਂ ਹਰ ਬੀਬੀ ਜ਼ੇਵਰ ਲਾਉਣੇ ਸ਼ੁਰੂ ਕੀਤੇ ਨੇ ਇੱਕ ਛੋਟੀ ਜਿਹੀ ਬੀਬੀ ਏ ਜਿਹਦੇ ਕੋਲੋਂ ਤੁਰਾਂ ਦੀ ਗੰਢ ਨਾਈ ਖੁੱਲਦੀ ਬੀਬੀਆਂ ਦੀ ਨੀਨੀ ਲਾ ਦੇ ਲਹਾ ਮੈਂ ਉਹ ਨੀਨੀਆਂ ਮੈਂ ਆਦਰਾਂ ਨਾਲ ਲਹਾ ਦਿੰਦਿਆਂ ਯਾਰੀ ਦੀ ਰਾਤ ਸਿਮਰ ਤਮਾਚਿਆਂ ਨਾਲ ਨਾ ਲਹਾ ਹਾਏ ਮੈਂ ਸਦਕੇ ਇੰਜ ਜ਼ੇਵਰਾਂ ਦੀ ਗੰਢ ਵਧੀ ਚਾਪ ਕੇ ਸਾਹਮਣੇ ਆਈ ਨਸਰਾਨੀ ਦੇ ਜਨਾਬ ਫਿਜ਼ਾ ਇਹ ਹੀ ਜ਼ੇਵਰਾਂ ਵਾਲੀ ਗੰਢ ਗਰੀਬ ਦੀ ਭੈਣ ਪਿਆ ਦੀ ਹੈ ਇਹ ਸ਼ਾਹੀ ਪੰਜ ਦਫ਼ਾ ਬਰਬਾਦ ਹੋਵੇ ਪੰਜ ਦਫ਼ਾ ਆਬਾਦ ਕਰ ਸਕਦੇ ਮੇਰੇ ਭਰਾ ਨੂੰ ਨਾ ਮਾਰ ਜ਼ੇਵਰਾਂ ਵਾਲੀ ਗੰਢ ਦੇ ਨਸਰਾਨੀ ਡਿੱਠਾ ਤਾਂ ਹੈ ਲੇਕਿਨ ਮੂੰਹੋਂ ਬੋਲਿਆ ਨਹੀਂ ਇੰਜ ਮੂੰਹ ਫੇਰ ਦਿੱਤਾ ਇਸ਼ਾਰੇ ਕਰੇ ਦੇ ਬੀਬੀ ਇਹ ਘਿਨ ਬੀਬੀ ਆਖੋ ਨਾ ਨਸਰਾਨੀ ਦਾ ਭਲਾ ਇਹ ਵਾਪਸ ਗਿਨਵਾਈ ਮੇਰੀ ਸੈਣ ਜਨਾਬ ਫਿਜ਼ਾ ਵਾਪਸ ਗਿਨਾਈ ਆਲੀਆ ਸੈਣ ਸਮਝਾ ਇਨਾਮ ਥੋੜਾ ਹੈ ਸ਼ਾਇਦ ਇਨਾਮ ਥੋੜਾ ਹੈ ਜਦੋਂ ਇਨਾਮ ਥੋੜੇ ਦਾ ਨਾਮ ਆਇਆ ਬੀਬੀਆ ਕਾਗਜ਼ ਕਲਮ ਘਿਨਾ ਮੈਂ ਖਤ ਲਿਖਦੀ ਹਾਂ ਮੇਰੀ ਸੈਣ ਨੇ ਖਤ ਦੀ ਤਾਰੀਰ ਬਣਾਉਣੀ ਸ਼ੁਰੂ ਕੀਤੀ ਮੇਰੀ ਸੈਣ ਲਿਖਦੀ ਬੈਠੀ ਹੈ ਮੇਰਾ ਹਨਫੀ ਵੀਰ ਸਲਾਮ ਹੋਈ ਓ
हिकम शमशीर तलाचा ते पिया आंदई काजल भेण उजड़ी दई दे कुछ शान भेण उजड़ी दई दे कुछ एहसान लहा मेरे वीर दे कत्ल तू बाज आए इंदी कर पूरी मनशा चा बीबिया दिए मेरा पेका छावरा कोल तरका ना कैश दे वीर अजे नहीं जद गल की चा के तुर पई वापस सामने आई है नसरानी ए देवराली गंढ ए जगीर वाला खत ही गरीब की भेण पैया दी मैं कोई गरीब हाँ हर मुल्क च मेरी जागीर है जिथों की दिल आवी उथों की लिख दे मेरे बिरा ना मार नसरानी रुन्ना है डिठा भी है लेकिन हाथ बदे हाथ बन के रोंदा ही त्या गिन वाज वापस मेरी आलिया सैन दे कोल आई है जनाब फिजा आलिया सैन समझे अजय ही नाम थोड़े बीबिया दी हूं कागज कलम गिरना मैं जन्नत दी रसीद लिख दी जन्नत दी रसीद लिखे दीस बीबिया दी दे छड़े अखेस मेरे फिरा ना मारे जनाब फिजा सामने आइए ए देवराली गंड आई ए जागीर वाला खत आई गरीब दी भेण पैया दी आई ए जीनिया जन्नत दी रसीद आई मेरे भरा ना मार अगे तो नसरानी ना ही बोलिया हूँ बोलिया भी है मुंह तो मातम ही किया हाथ जोड़ के आ जाए खातोन दी धी है ओ जड़ी उजड़ के उजड़े बन दे विच इंज जन्नत वंडे दी कर तेरी मिन्नत करेंगी